السلام علیکم جی، میں تھوڑا اپنا ہوسٹ بابا جی سیف ہسٹوریکل پلیسز آف پاکستان، سیف گردوارا دین ٹیمپلز آف پاکستان، پنجابی کلچر اینڈ ہیریٹیج، خالصہ راج فٹ اسٹیپس ان پاکستان۔ آج میں پہنچے ہماں چک بوئنجا جے بی ڈسٹرکٹ فیصل آباد، تو فیصل آباد تو اگر تسی سرگودا روڈ دے اتے آندے ہو تو تھانوں ایک پنڈ ملتا ہے جنہوں کے شانگا سنگھ والی کیا جاتا ہے۔ شانگا سنگھ اس پنڈ کا نمبردار سی، اور میرے دوست جڑے نے انہوں کے انسسٹرز وچوں نے، دوست میرے جڑے نے وہ لدھیانہ شفٹ ہو گئے سی سنتالی دے بعد، سنتالی بچ ہی چلے گئے سن، اور انہوں کے پرکھان کی اے لینڈ جڑی ہے مربع نمبر 50 ہے، شانگا سنگھ والا پنڈ ہے، اور شانگا سنگھ والی ہی یہ جگہ کہلاندی ہے ساری، ہے پورا مربع جڑا ہے، اور تھرو آؤٹ اے ایس درخت تک جانا ہے۔ یہ جتھے تک کماد لگا ہوا ہے ایسا تک دیکھو تسی کہ ایک انچ بھی یہ جگہ جڑی ہے خالی نہیں ہے۔ سردار بوٹا سنگھ جی یہ تواڈے پرکھان دی جڑی ہے وہ لینڈ ہے، اور تسی جتھے تک ہے تھانوں نظر آ رہی ہے گندم، اتھے تک دی لینڈ جڑی ہے، اور اے بس سمیت اے پٹھا جڑا ہے، اے پٹھے تک جا کے لینڈ ختم ہو جاندی ہے۔ اس تو اگے تو میں خوشی دی گل دساں کہ گورنمنٹ آف پاکستان نے ایتھے جڑا وڈا M4 جڑا نیشنل موٹر ویز جڑی ہے پاکستان دی، وہ ہن فیصل آباد تو ہندی ہوئی اسلام آباد تو نکل دی ہے، راول پنڈی تو لاہور تو آندی ہے، باراستہ فیصل آباد تو ہن گوجرے تک گئی ہوئی ہے موٹر ویز۔ وہ سامنے اگر تسی دیکھو تو یہ اے پاکستان دا وڈا ہائی وے جڑا ہن اے تہاڈیاں زمیناں دے بالکل کنارے تو لنگ رہا جا کے۔ بھائی سلیم تسی دسیو ذرا، تسی کچھ دس رہے سی، آؤ یہ مربع نمبر 50 جی، ہاں جی، اوہ سمبل دے درخت نظر آ رہے ہیں نا، وہ قلعہ نمبر 5 ہے، وہ دے وچ انہاں دا ڈیرا سی، کھوئی سی وہ دے وچ۔ اچھا اچھا اچھا، ہاں جی، اوہ سمبل دے درخت جی، بالکل جی، بالکل صحیح ہے، قلعہ نمبر 5 وا، اوتھے انہاں دا ڈیرا سی بڑا وڈا، ਖੂਹੀ ਸੀ, ਹਰ ਸ਼ਹਿਰ ਸੀ ਉੱਥੇ, ਸੜਕ ਆਉਂਦੀ ਸੀ ਉਸ ਕੋਨੇ ਤੋਂ, ਮਰੱਬੇ ਦੇ ਉਸ ਕੋਨੇ ਤੋਂ, ਸਹੀ ਇਸ ਕੋਨੇ ਤੋਂ ਆਉਂਦੀ ਸੀ, ਹਾਂਜੀ, ਉਹ ਪਰਲੇ ਕੋਨੇ ਤੋਂ, ਇਸ ਪਾਸੋਂ ਰਸਤਾ ਜਾਂਦਾ ਸੀ ਜਿਸ ਵੇਲੇ, ਅਤੇ ਇਹ ਇਹ ਦਰਖਤਾਂ ਤੱਕ ਜਿਹੜੀ ਸੀ, ਹਾਂਜੀ, ਉਹ ਜਿਹੜੇ ਸਾਹਮਣੇ ਸਿੰਬਲ ਦੇ ਦਰਖਤ, ਜੀ ਹਾਂਜੀ, ਇੱਥੋਂ ਆ ਕੇ ਖਤਮ ਹੁੰਦਾ ਸੀ ਮਰੱਬਾ ਨੰਬਰ 5, ਮਰੱਬਾ ਨੰਬਰ 50 ਆਏ, ਇਹ ਸ਼ੰਗਾ ਸਿਓਣਾ ਇਹ ਦਰਖਤ ਜਿਹੜਾ ਇੱਥੇ ਤੱਕ ਸੀਗਾ ਮੋਟਰ ਫੋਕਸ ਕਰਕੇ ਆ ਜਾਈਏ ਤਾਂ ਫਿਰ ਦੇਖਦੇ ਰਹੋ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਪਿੰਡ ਦੇ ਲੈਂਦੇ ਪਾਸੇ ਤੁਹਾਡਾ ਮੁਰੱਬਾ ਇਹ ਰਾਜ ਆਉਂਦਾ ਹੁਣ ਮੁਰੱਬੇ ਨੂੰ, ਅੱਜ ਵੀ ਧਰਤੀ ਸੋਨਾ ਉਗਲ ਰਹੀ ਹੈ ਪੰਜਾਬ ਦੀ, ਬਹੁਤ ਘਣੀ ਫਸਲ ਹੈ, ਦੇਖ ਕੇ ਜੀ ਖੁਸ਼ ਹੋ ਜਾਂਦਾ। ਸਰਦਾਰ ਬੂਟਾ ਸਿੰਘ ਜੀ ਇਹ ਹੈ ਤੁਹਾਡੇ ਪੁਰਖਾਂ ਦਾ ਮੁਰੱਬਾ, ਮੁਰੱਬਾ ਨੰਬਰ 50, ਸ਼ਾਂਗਾ ਸਿੰਘ ਵਾਲੀ। ਇਹ ਲੱਗਾ ਹੋਇਆ ਕਮਾਦ, ਇਹ ਤੁਹਾਡੀ ਜ਼ਮੀਨ ਦੇ ਗੰਨੇ, ਮੱਛੀ ਪਈ ਹੈ ਕਣਕ ਬਿਲਕੁਲ ਹੁਣ ਪੱਕਣ 'ਤੇ ਆਈ ਹੋਈ ਹੈ। ਇਹ ਪੱਠੇ ਤੋਂ ਜਾ ਕੇ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਤੁਸੀਂ ਆਪਣੀ ਇੱਕ ਵਾਰੀ ਫਿਰ ਤੁਸੀਂ ਆਪਣੇ ਬਾਰੇ ਸਾਨੂੰ ਦੱਸਿਓ, ਆਪਣਾ ਨਾਮ ਪੂਰਾ। ਮੇਰਾ ਨਾਂ ਖੁਰਸ਼ੀਦ ਆ।
ठीक है जी। वीर खुर्शीद होना कोई और इन्हों के जोड़े चाचे ताए के पुत्र है इन्हों को हूँ ये जमीन जी है मुरबा इन्हों अलॉट होया इन्हों के व्डिया तो हूँ अगे टोटे टोटे होके किन्ने घर पिया जी है मुरबा हूँ घर को ये पंजा घर को मुरबा पांच दादे से अगों उन्होंने औलाद को। अच्छा 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 तो तुम कितों माजर हो के आए ਅਸੀਂ ਅੰਮ੍ਰਿਤਸਰ ਤੋਂ। ਅੱਛਾ ਅੰਮ੍ਰਿਤਸਰ ਤੋਂ ਕੀ ਪਿੰਡ? ਮੈਂ ਤੇ ਚੌਕ ਦੇ ਲਾਗੇ ਪੋਲੇਵਾਲ ਪਿੰਡ ਹੈ। ਹਾਂਜੀ ਜੀ ਪੋਲੇਵਾਲ ਪਿੰਡ ਤੋਂ ਇਹ ਲੋਕ? ਮੈਂ ਤੇ ਚੌਕ ਦੇ ਲਾਗੇ ਪਿੰਡ ਹੈ ਪੋਲੇਵਾਲ, ਮੈਂ ਤੇ ਚੌਕ ਦੇ ਲਾਗੇ। ਠੀਕ ਹੈ ਜੀ ਅੰਮ੍ਰਿਤਸਰ ਦੇ ਲਾਗੇ ਮੈਂ ਤਾਂ ਚੌਕ ਤੇ ਜਾਈਏ ਮੈਂ ਤਾਂ ਚੌਕ ਮੈਂ ਤਾਂ ਚੌਕ ਔਰ ਪਿੰਡ ਪੋਲੇਵਾਲ ਆ ਉੱਥੋਂ ਦੇ ਇਹ ਸਾਰੇ ਮੁਸਲਿਮ ਜਿਹੜੇ ਆ ਇਸ ਵੇਲੇ ਅਸੀਂ ਉਹ ਮਾਈਗ੍ਰੇਟ ਕਰਕੇ ਤੇ ਸ਼ਾਂਗਾ ਸਿੰਘ ਅਲੀ ਚੱਕ 52 ਜੀ ਵੀ ਮੁੱਲਾਪੁਰ ਮੁੱਲਾਪੁਰ ਡਿਸਟ੍ਰਿਕਟ ਫੈਸਲਾਬਾਦ ਭੋਲੇਵਾਲ ਰਾਮਦਵਾਰੀ ਦੇ ਲਾਗੇ ਜਾਂ ਅੱਛਾ ਉਹਦੇ ਲਾਗੇ ਚੰਨਣਗੇ ਦੇ ਲਾਗੇ ਪਿੰਡ ਨੇ ਉੱਥੇ ਸਾਡੇ ਜਿਹੜੇ ਦੱਸਦੇ ਨੇ ਬਜ਼ੁਰਗ। ਫਿਰ ਸ਼ਾਇਦ ਇਹ ਤੁਹਾਡੇ ਕੋਲ ਸਾਰਾ? ਹਾਂਜੀ ਸਾਡਿਆਂ ਕੋਲ। ਹਾਂਜੀ ਇੱਕ ਨਿਸ਼ਾਨੀ ਉਹਨਾਂ ਦੀ ਪੁਰਾਣੀ ਹੈ ਜੀ। ਕੀ ਜੀ? ਉਹ ਜਿਹੜੀ ਸੇਮ ਨਹਿਰ ਹੈ ਨਾ ਨਿਕਲੀ ਬੇਸ ਲਾਈਨ। ਹਾਂਜੀ ਉਹ ਪੱਕੀ ਨਿਸ਼ਾਨੀ ਆ ਉਹਨਾਂ ਦੀ। ਅੱਛਾ 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 ਬੇਸ ਲਾਈਨ ਛੱਡੀ ਅੰਗਰੇਜ਼ ਨੇ? ਅੰਗਰੇਜ਼ ਨੇ ਜਿਹੜੀ ਉਹਨਾਂ ਨੇ ਛੱਡੀ ਤਾਂ ਉੱਥੇ ਵੀ ਹੁਣ ਸੇਮ ਨਹਿਰ ਬਣੀ ਆ ਉਹ ਨਿਸ਼ਾਨੀ ਉਹਨਾਂ ਦੀ ਪੱਕੀ ਆ ਬੇਸ ਲਾਈਨ ਦੀ। ਬੇਸ ਲਾਈਨ ਜਿਹੜੀ? ਹਾਂਜੀ ਬੇਸ ਲਾਈਨ। ਠੀਕ ਠੀਕ ਠੀਕ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਆਪਣੇ ਪਿਓ ਦਾਦੇ ਵਾਲੀ ਜਾਂ ਆਪਣੇ ਸਿਸਟਰਸ ਦਾ ਕਾਰ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਮੇਰੀ ਪ੍ਰੀਪੇਡ ਸਰਵਿਸਿਜ਼ ਨੇ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ 'ਤੇ, ਬਾਕੀ ਡਿਟੇਲਸ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਤੁਸੀਂ ਦੇਖ ਰਹੇ ਹੋ ਇਨ ਸਿਸਟਰਸ ਮੁਰਬਾ ਆਫ ਸਰਦਾਰ ਬੂਟਾ ਸਿੰਘ ਜੀ।